ਤਸਵੀਰਾਂ ਫਰੀਦਕੋਟ ਦੇ ਹਲਕਾ ਕੋਟਕਪੂਰਾ ਦੀਆਂ ਨੇ, ਜਿੱਥੇ ਇੱਕ ਘਰ ਵਿੱਚ ਦਾਖਲ ਹੋਏ ਆਵਾਰਾ ਪਸ਼ੂ ਬੈੱਡ ਉੱਤੇ ਜਾ ਬੈਠੇ। ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਦੋ ਆਵਾਰਾ ਪਸ਼ੂ ਮਹਿਮਾਨਾਂ ਦੀ ਤਰ੍ਹਾਂ ਕਮਰੇ ਵਿੱਚ ਬੈੱਡ ਉੱਤੇ ਬੈਠੇ ਹੋਏ ਨੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਕਿ ਦੋ ਆਵਾਰਾ ਪਸ਼ੂ ਪਿੜਦੇ ਹੋਏ ਘਰ ਦੇ ਅੰਦਰ ਦਾਖਲ ਹੋਏ ਤੇ ਕਮਰੇ ਵਿੱਚ ਬੈੱਡ ਉੱਤੇ ਜਾ ਬੈਠੇ, ਜਿਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਬੜੀ ਜੱਦੋ ਜਹਿਦ ਨਾਲ ਬਾਹਰ ਕੱਢਿਆ। ਜਿਸ ਵੇਲੇ ਘਟਨਾ ਹੋਈ, ਘਰ ਵਿੱਚ ਤਿੰਨ ਛੋਟੇ ਬੱਚੇ ਵੀ ਮੌਜੂਦ ਸਨ। ਗਨੀਮਤ ਇਹ ਰਹੀ ਕਿ ਉਸ ਵੇਲੇ ਬੱਚੇ ਬੈੱਡ ਉੱਤੇ ਸੋ ਨਹੀਂ ਰਹੇ ਸਨ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। 11 ਕੁ ਵਜੇ ਦਾ ਅਤੇ ਕੱਲ੍ਹ ਨਾ ਮਤਲਬ ਕਿ ਮੇਰਾ ਪੋਤਾ ਵੀ ਅਸੀਂ ਇੱਥੇ ਪੈਣ ਲੱਗੇ, ਤਾਂ ਉਸ ਤੋਂ ਬਾਅਦ ਕੀ ਹੋਇਆ ਜੀ, ਢੱਠੇ ਲੜਦੇ ਲੜਦੇ ਪੰਛੀ ਇੱਕ ਗਾਂ ਦੇ ਮਗਰ ਭੱਜੇ ਆਏ ਅਤੇ ਜ਼ਬਰਦਸਤੀ ਸਾਡੇ ਘਰ ਦੇ ਵਿੱਚ ਵੜ ਗਏ, ਅਤੇ ਬੜੀ ਮੁਸ਼ਕਲ ਦੇ ਨਾਲ ਪਰਮਾਤਮਾ ਦੀ ਐਸੀ ਕਿਰਪਾ ਅਸੀਂ ਆਪਣੀ ਜਾਨ ਬਚਾਈ ਜੀ, ਔਰ ਅਸੀਂ ਆਪਣੇ ਛੱਤਾਂ 'ਤੇ ਚੜ੍ਹ ਗਏ ਔਰ ਆਂਢੀਆਂ ਗੁਆਂਢੀਆਂ ਨੇ ਆਣ ਕੇ ਅਤੇ ਮਤਲਬ ਕਿ ਸਾਡੀ ਮਤਲਬ ਕਿ ਸੁਰੱਖਿਆ ਕੀਤੀ ਜੀ ਔਰ ਸਾਡੀ ਜਾਨ ਬਚਾਈ ਜੀ। ਉਸ ਤੋਂ ਬਾਅਦ ਢੱਠਿਆਂ ਨੂੰ ਅਸੀਂ ਬੜੀ ਮਤਲਬ ਕਿ ਮੁਸ਼ਕਲ ਦੇ ਨਾਲ ਘਰੋਂ ਬਾਹਰ ਕੱਢਿਆ ਜੀ। ਪਹਿਲਾਂ ਤਾਂ ਤੁਸੀਂ ਦੇਖਿਆ ਹੋਣਾ ਜੀ ਵੀ ਸੜਕਾਂ ਦੇ ਉੱਤੇ ਬਹੁਤ ਬੁਰਾ ਹਾਲ ਸੀਗਾ, ਹੁਣ ਘਰਾਂ ਦੇ ਵਿੱਚ ਵੀ ਆਣ ਕੇ ਵੜਨ ਲੱਗ ਗਏ ਜੀ। ਉਹ ਬੈੱਡ 'ਤੇ ਚੜ੍ਹ ਗਏ ਜੀ, ਉਹ ਪਹਿਲਾਂ ਤਾਂ ਦੀਵਾਰ ਨਾਲ ਟੱਕਰਾਂ ਮਾਰਨ ਲੱਗ ਗਏ, ਤੁਸੀਂ ਦੇਖਿਆ ਹੋਣਾ ਦੀਵਾਰ ਤੋੜਨ ਲੱਗੇ ਸੀ, ਦੀਵਾਰ ਡਿੱਗੀ ਨਹੀਂ ਚਲੋ, ਅਤੇ ਉਸ ਤੋਂ ਬਾਅਦ ਕੀ ਹੋਇਆ ਜੀ, ਬੈੱਡ 'ਤੇ ਚੜ੍ਹ ਕੇ ਐਂ ਬੈਠ ਕੇ ਜਿਵੇਂ ਕੋਈ ਘਰ ਵਿੱਚ ਨਾ ਮਹਿਮਾਨ ਆਏ ਹੁੰਦੇ ਨੇ ਜੀ, ਉਹ ਇਸ ਤਰ੍ਹਾਂ ਬੈਠ ਕੇ ਜੀ ਆਣ ਕੇ ਜੀ। ਬਹੁਤ ਬੁਰਾ ਹਾਲ ਆ ਜੀ, ਇਹਨਾਂ ਦਾ ਕੋਈ ਨਾ ਕੋਈ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਮਸਲਾ ਹੱਲ ਕਰੇ ਜੀ। ਮੁਹੱਲਾ ਵਾਸੀਆਂ ਨੇ ਰੋਸ ਜਤਾਇਆ ਕਿ ਪਹਿਲਾਂ ਤਾਂ ਆਵਾਰਾ ਪਸ਼ੂ ਸੜਕਾਂ ਉੱਤੇ ਹੀ ਪਰੇਸ਼ਾਨ ਕਰਦੇ ਸਨ, ਪਰ ਹੁਣ ਗਲੀਆਂ ਤੇ ਘਰਾਂ ਵਿੱਚ ਦਾਖਲ ਹੋਣ ਲੱਗ ਪਏ ਨੇ। ਉਹਨਾਂ ਸਰਕਾਰ ਤੋਂ ਇਸ ਸਮੱਸਿਆ ਨੂੰ ਪੱਕੇ ਤੌਰ ਉੱਤੇ ਹੱਲ ਕਰਨ ਦੀ ਮੰਗ ਕੀਤੀ ਹੈ। ਧੱਕਾ ਮਾਰ ਕੇ ਨਾ ਬੂਹੇ ਨੂੰ ਅੰਦਰ ਹੀ ਵੜਿਆ ਆਉਂਦੇ, ਸਾਡੇ ਸਾਹਮਣੇ ਗੁਆਂਢੀਆਂ ਦੇ ਘਰ ਗਾਂ ਤੇ ਢੱਠਾ ਵੜ ਗਏ ਤੇ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਸੀਗੇ ਤੇ ਉਹ ਮਸਾਂ ਹੀ ਬਚੇ, ਉਹਨਾਂ ਦੀ ਬੈੱਡ ਤੇ ਗਾਂ ਉਹ ਬਹਿ ਕੇ ਜਾ ਕੇ ਬਹਿ ਗਈ ਤੇ ਢੱਠਾ ਅੱਗੇ ਬੂਹੇ ਦੇ ਖੜੋ ਗਿਆ, ਨਾ ਉਹਨਾਂ ਦਾ ਬੰਦਾ ਘਰੇ ਕੋਈ ਸੀ ਨਾ ਵਾਸਤਾ, ਤੇ ਸਾਰੀ ਗਲੀ ਅਸੀਂ ਤਾਂ ਬਾਹਰ ਖੜੀ ਵੀ ਬਹੁਤ ਦੁਖੀ ਹੋ ਕੇ ਖੜੇ ਰਹੇ ਵੀ ਨਾ ਤਾਂ ਉਹ ਨਿਕਲਣ, ਉੱਤੋਂ ਕੋਈ ਰੋੜਾ ਮਾਰੇ ਪਾਣੀ ਪਾਵੇ ਸੋਟੀਆਂ ਮਾਰ ਤੇ ਉਹ ਹਿੱਲਣ ਹੀ ਨਾ। ਇਸ ਕਰਕੇ ਆਵਾਰਾ ਪਸ਼ੂਆਂ ਨੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਤੇ ਇਹਨਾਂ ਦਾ ਹੱਲ ਜਲਦੀ ਕੀਤਾ ਜਾਵੇ। ਦੱਸ ਦਈਏ ਕਿ ਅਜੇ ਬੀਤੀ 29 ਸਤੰਬਰ ਨੂੰ ਸ਼ਹਿਰ ਵਾਸੀਆਂ ਵੱਲੋਂ ਆਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਨੂੰ ਲੈ ਕੇ ਵਿਸ਼ਾਲ ਧਰਨਾ ਲਗਾਇਆ ਗਿਆ ਸੀ, ਜਿਸ ਵਿੱਚ ਪਹੁੰਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਨੇ ਆਵਾਰਾ ਪਸ਼ੂਆਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਪਰ ਇਸ ਘਟਨਾ ਨੇ ਇੱਕ ਵਾਰ ਫਿਰ ਸਰਕਾਰ ਦੇ ਵਾਅਦਿਆਂ ਤੇ ਵੱਡੇ ਸਵਾਲ ਖੜੇ ਕੀਤੇ ਨੇ। ਬਿਊਰੋ ਰਿਪੋਰਟ, ਜਗਬਾਣੀ ਟੀਵੀ।